प्रतिपदक नायक खसम हमारे निमक निमक तुम ही प्रतपालो हम बारक तुमरे तारे जेवा एक सवन गुण कहिए बेशुमार अंत स्वामी तेरे अंत नक नहीं लिए पराग मारे खंडो अनक विधि समझावो हम अज्ञान आत्मथोरी तुम अपन दिखाओ तुम ही शरण तुम्हारी अच्छा तुम ही सजम सुहेले रखो रखनहार दयाला नानक करके बोले ਕਰਮਾਂ ਦਾ ਫਲ ਇਸ
ਮਹਾਂਪੁਰਖ ਦੇ ਜੀਵ ਉੱਧਰਨ ਵਾਸਤੇ ਆਇਆ, ਅੱਗੋਂ ਚੰਗੇ ਕਰਮ ਕਰਨ ਵਾਸਤੇ ਆਇਆ। ਆਪੇ ਬੀਜ ਆਪੇ ਹੀ ਖਾਓ, ਨਾ ਜੁਗਮੀ ਆਓ ਜਾਓ। ਦੁਨੀਆ ਵਿੱਚ ਦੋ ਹੀ ਕਿਸਮ ਦੇ ਲੋਕ ਨੇ, ਇੱਕ ਬੜੇ ਦੁਖੀ ਨੇ, ਦੂਜੇ ਬੜੇ ਸੁਖੀ ਨੇ। ਦੁਖੀ ਉਹ ਨੇ ਜਿਹੜੇ ਪਰਮੇਸ਼ੁਰ ਦਾ ਨਾਮ ਨਹੀਂ ਜਪਦੇ, ਹਰ ਬਿਸਰਤ ਸਦਾ ਖੁਆਰੀ, ਤਾਕੋ ਧੋਖਾ ਖਾਂ ਵਿਆਪੇ ਜਾਕੋ ਊੜ ਤੁਹਾਰੀ। ਪ੍ਰਾਣੀ ਹਰ ਕੇ ਨਾ ਬਿਨਾਂ ਸੁਖ ਪਾਵੈ, ਹਰ ਕੇ ਨਾ ਬਿਨਾਂ ਦੁੱਖ ਪਾਵੈ। ਵਹਿਰ ਨੂੰ ਸਾਰ ਕੇ ਜੀਵ ਨੇਕਾਂ ਪੁੰਨਾਂ ਪਾਪਾਂ ਦਾ ਪਾਪਾਂ ਦਾ ਸ਼ਿਕਾਰੀ ਹੋ ਰਿਹਾ, ਦੁੱਖਾਂ ਪਾਪਾਂ ਦਾ ਸ਼ਿਕਾਰੀ ਹੋ ਰਿਹਾ। ਹਰ ਕੀ ਚਾਹੁੰਦਾ ਮੈਂ ਸੁਖੀ ਹੋ ਜਾਣਾ, ਪਰ ਸੁਖ ਵਾਲੇ ਪਾਸੇ ਜਾਂਦਾ ਹੀ ਨਹੀਂ। ਸੁਖ ਮਿਲਦੇ ਹਨ ਪਰਮੇਸ਼ੁਰ ਦੇ ਦਾ ਨਾਮ ਜਪ ਕੇ। ਮਹਾਰਾਜ ਕਹਿੰਦੇ ਨਾਮ ਜਪ ਕੇ ਕੋਈ ਧਨ ਮੰਗਦਾ, ਕੋਈ ਦੌਲਤ ਮੰਗਦਾ, ਕੋਈ ਕੁਛ ਮੰਗਦਾ, ਕੋਈ ਕਾਰੋਬਾਰ ਮੰਗਦਾ, ਕੋਈ ਕੁਛ ਮੰਗਦਾ। ਮਹਾਰਾਜ ਅਮਰਦਾਸ ਮਰਗ ਫਰਮਾਉਂਦੇ ਨੇ ਕਿ ਦੁਨੀਆਂ ਦਾ ਕੋਈ ਕੁਛ ਮੰਗਦਾ, ਕੋਈ ਕੁਛ ਮੰਗਦਾ। ਮਹਾਰਾਜ ਕਹਿੰਦੇ ਭਾਵੇਂ ਸਾਰੀ ਸ੍ਰਿਸ਼ਟੀ ਦਾ ਰਾਜ ਲੈ ਲਓ, ਉਹਨੂੰ ਮਾਫ ਕਰਨ ਗੁਰੂ ਕੀ ਸੰਗਤ ਨਾਮ ਮਿਲਦਾ। ਨਾਮ ਜਪ ਕੇ ਵਿਣ ਨਾਵੈ ਸਭ ਭਰਮੰਦੇ ਨਿਤ ਜਗ ਟੂਟਾ ਸੰਸਾਰ, ਮਨਮੁਖ ਕਰਮੁਖ ਮਾਵਣੇ ਹਮੇ ਅੰਧ ਗਵਾਰ, ਗੁਰਮੁਖ ਅਮਰ ਸਪੀਨ ਨਾਨਕ ਸਭ ਵਿਚਾਰ। ਨੂੰ ਗੁਰੂ ਕੀ ਸੰਗਤ ਵੈਰ ਦੇ ਨਾਮ ਨੂੰ ਸਾਰ ਕੇ ਸਾਰੀ ਦੁਨੀਆਂ ਜੁਗੀ ਹੈ। ਤੇਲ ਹੈ ਜਿਹੜਾ ਤਿਲਾਂ ਦੇ ਵਿੱਚੋਂ ਨਿਕਲਿਆ ਕਰਦਾ, ਰੇਤੇ ਦੇ ਕਣਾਂ ਵਿੱਚੋਂ ਤੇਲ ਨਹੀਂ ਨਿਕਲਿਆ ਕਰਦਾ। ਸੁਖ ਨੇ ਜਿਹੜੇ ਪਰਮੇਸ਼ੁਰ ਦੇ ਨਾਮ ਚ ਨੇ। ਮਹਾਰਾਜ ਅਮਰਦਾਸ ਜੀ ਮਹਾਰਾਜ ਫਰਮਾਉਂਦੇ ਨੇ ਮਨ ਹੱਟ ਕਿੰਨੇ ਨਾ ਪਾਏ, ਸਤਕੇ ਕਰਮ ਘੁਮਾਏ। ਦੁਨੀਆਂ ਚਾਹੁੰਦੀ ਹੈ, ਬੜੀਆਂ ਡੀਂਗਾਂ ਮਾਰਦੀ ਹੈ, ਫੜਾਂ ਮਾਰਦੀ ਹੈ, ਮੈਂ ਕੀਤਾ ਮੈਂ ਉਹ ਕੀਤਾ। ਮਾਫ ਕਰਨਾ ਗੁਰੂ ਕੀ ਸੰਗਤ ਕੀ ਕਹਿੰਦੇ, ਅਸੀਂ ਬੜੀ ਮਿਹਨਤ ਕੀਤੀ, ਜਿਹਦੇ ਕਰਕੇ ਕੋਠੀਆਂ ਪਾਣੀਆਂ, ਜਿਹਦੇ ਕਰਕੇ ਵੱਡੇ ਵੱਡੇ ਕਾਰੋਬਾਰ ਪੈਦਾ ਕਰ ਲਏ। ਸਤਸੰਗ ਇਸ ਦੀ ਭੁੱਲ ਹੈ, ਇਸਦੇ ਪਿਛਲੇ ਚੰਗੇ ਕੀਤਾ ਕੀਤੇ ਕਰਮਾਂ ਦਾ ਫਲ ਹੈ। ਜਿੰਨੇ ਜਿੰਨੇ ਵੱਡੇ ਵਡੇਰੇ ਹਨ, ਜੋ ਗੱਡੀਆਂ ਕਾਰਾਂ ਦੇ ਚੜੇ ਫਿਰਦੇ ਨੇ, ਫੈਕਟਰੀਆਂ ਚੱਲਦੀਆਂ ਨੇ, ਇੰਡਸਟਰੀਆਂ ਚੱਲਦੀਆਂ ਨੇ ਜਿਹਨਾਂ ਦੀਆਂ, ਇਹਨਾਂ ਦਾ ਪਿਛਲੇ ਜਨਮ ਦਾ ਕੋਈ ਨਾਮ ਜਪਿਆ? ਭਾਵੇਂ ਨਾਮ ਉਹਨਾਂ ਨੇ ਗੱਲ ਵੱਖਰੀ ਹੈ। ਕਈ ਵੀ ਜ਼ਿੰਦਗੀ ਕਿਸੇ ਦੇਖਦੇ ਹਾਂ ਬੜੀ ਚੜ੍ਹਦੀ ਕਲਾ ਹੁੰਦੀ ਹੈ, ਘਰ ਚੰਗਾ ਹੁੰਦਾ, ਬਾਹਰ ਚੰਗਾ ਹੁੰਦਾ, ਪੈਸੇ ਬੜੇ ਹੁੰਦੇ ਨੇ। ਇੱਕ ਸਮਾਂ ਆਉਂਦਾ ਜਦੋਂ ਸਭ ਢਹਿ ਢੇਰੀ ਹੋ ਜਾਂਦਾ, ਬੰਦਾ ਕਹਿੰਦਾ ਕਿ ਮੈਂ ਤਾਂ ਘੱਟ ਘਾਟੇ ਚਲਾ ਗਿਆ। ਘਾਟੇ 'ਚ ਕੀ ਗਿਆ? ਜਿਹੜੇ ਪਿਛਲੇ ਜਨਮ ਦੇ ਕੀਤੇ ਕਰਮ ਸਨ, ਉਹ ਕੀਤੇ ਕਰਮ ਉਹ ਖਤਮ ਹੋ ਗਏ। ਇੱਕ ਵਾਰੀ ਕਹਿੰਦੇ ਮੈਂ ਜਦੋਂ ਕੀਤੇ ਕਰਮ ਖਤਮ ਹੋ ਗਏ, ਫਿਰ ਇਹਦਾ ਇਹਦਾ ਬਿਜ਼ਨਸ ਨਹੀਂ ਚੱਲਦਾ, ਇਹਦਾ ਕੰਮ ਨਹੀਂ ਚੱਲਦਾ, ਕੋਈ ਕਾਰ ਵੀ ਨਹੀਂ ਚੱਲਦਾ, ਕਿਉਂ ਉਹ ਕਰਮ ਹੀ ਖਤਮ ਹੋ ਗਏ। ਸਤਸੰਗ ਜੀ ਜਦੋਂ ਇਹ ਚੰਗੇ ਕਰਮ ਕਰਦਾ, ਫਿਰ ਇਹਦੀ ਚੜ੍ਹਦੀ ਕਲਾ ਹੁੰਦੀ ਜਾਂਦੀ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਫਲ ਹੈ, ਜਾਣੀ ਚੰਗੇ ਕਰਮਾਂ ਦਾ ਫਲ ਸਰੂਪ ਹੈ, ਮਾੜੇ ਕਰਮਾਂ ਦਾ ਫਲ ਦੁੱਖ ਰੂਪ ਹੈ। ਦੁਨੀਆਂ ਸਾਰੀ ਜਾਤੀ ਮਾਰ ਕੇ ਦੇਖੋ, ਕਿਸੇ ਨੂੰ ਪੁੱਛ ਕੇ ਵੇਖੋ ਕਿ ਤੂੰ ਕਿੰਨਾ ਸੁਖੀ। ਮਨ ਦੀ ਸ਼ਾਂਤੀ ਹੈ ਜਿਹੜੀ ਸਿਰਫ ਪਰਮੇਸ਼ੁਰ ਦੇ ਨਾਮ ਵਿੱਚ ਹੈ। ਮਾਫ ਕਰਨਾ ਬਿਨਾਂ ਨਾਮ ਸ਼ਾਂਤ, ਭਗਤ ਨਾ ਨਾਮ ਸ਼ਾਂਤ ਹੋਏ, ਉਹ ਕਿਤ ਵਧਤੀ ਹੈ। ਵੈਰ ਦੇ ਨਾਮ ਤੋਂ ਬਿਨਾਂ ਕਿਤੇ ਵੀ ਮਨ ਦੀ ਸ਼ਾਂਤੀ ਨਹੀਂ ਮਿਲਦੀ, ਬਥੇਰਾ ਤੋੜਿਆ ਫਿਰਦਾ। ਜਿਹੜੀ ਸਰੀਰਕ ਭੁੱਖ ਹੈ ਉਹ ਅੰਨ ਦੂਰ ਕਰ ਸਕਦਾ, ਚੰਗੇ ਪਦਾਰਥ ਨੇ ਜਿਹੜੇ ਪੇਟ ਦੀ ਭੁੱਖ ਦੂਰ ਕਰ ਸਕਦੇ ਨੇ। ਕੀ ਫਰਿੱਜ 'ਚ ਲੱਗਾ ਕਿਸੇ ਨੂੰ ਠੰਡਾ ਪਾਣੀ, ਇਹਦੇ ਮਨ ਨੂੰ ਸ਼ਾਂਤੀ ਦੇ ਸਕਦਾ? ਇਹ 36 ਕਿਸਮ ਦੇ ਪਦਾਰਥ ਇਸ ਨੂੰ ਸ਼ਾਂਤੀ ਦੇ ਸਕਦੇ ਨੇ?
छत्ती किस्म के पदार्थ की पेट की भुख दूर कर सकते हैं कि चंगे कपड़े इनू मन की शांति दे सकते हैं। सतसंग जी जिन्ना मर्जी जी बंदा बहुत चिंता च हो सतसंग जी कहे बहुत सोहने कपड़े सवा लव जां चंगी गड्डी लैला बह के सुखी हो जा शरीरिक सुख ने मन जिवें इस तन की भुख है अन्न पानी प्रसाद ना छकीए कोई शरीर कमजोर पै जाता जे पक्के खाना बंद करती थी मौत भी हो जाती है। इसी तरह जी मन की शांति वह नाम जेरे नाम जपते हैं महाराज ने मरकन जाने विसरत नाम जिन्हों नाम विसर गया महाराज कहते वह मर क्यों नहीं जाते साथ है ही मुर्दा ने अंत चिंता जिन्हों को सुखिए देखता सपना आ रहा है सपना राजा जनक
ਦੇਖਦਾ ਮੰਡੀ ਰਾਜੇ ਨੇ ਸਤਸੰਗ ਜੀ ਦੁਨੀਆਂ ਦੇ ਵਿੱਚ ਦੋਸ਼ ਚੀਜ਼ ਹਨ ਕਿ ਨੀਂਦ ਸਭ ਨੂੰ ਆਉਂਦੀ ਹੈ ਤਿੰਨ ਕਿਸਮ ਦੀ ਪਕੜ ਦੱਸੀ ਹੈ। ਦੂਸਰੇ ਨੰਬਰ ਤੇ ਗੁਰੂ ਕੀ ਸੰਗਤ ਮਾਫ ਕਰਨਾ ਇਹ ਪਕੜ ਸਭਨਾਂ ਤੇ ਆਉਂਦੀ ਹੈ। ਦੂਜੀ ਪਕੜ ਜਿਹੜੀ ਪਹਿਲੀ ਪਕੜ ਨੀਂਦ ਦੀ ਦੂਜੀ ਪਕੜ ਜਿਹੜੀ ਸਤਸੰਗ ਦੀ ਜਦੋਂ ਬੰਦਾ ਮਰ ਕੇ ਸੰਸਾਰ ਤੋਂ ਚਲਾ ਜਾਂਦਾ ਇਹ ਤੀਸਰੇ ਨੰਬਰ ਤੇ ਗੁਰੂ ਕੀ ਸੰਗਤ ਸਤਨਾ ਅੱਖ ਲੱਗੇ ਉੱਥੇ ਸੁਪਨਾ ਨਹੀਂ ਹੈ। ਨੀਂਦ ਦਾ ਜੇ ਗੂੜੀ ਨਹੀਂ ਸੁੱਤਾ ਹੋਵੇ ਉੱਥੇ ਸੁਪਨਾ ਨਹੀਂ ਹੈ। ਤੇ ਸਤਸੰਗ ਜੀ ਵੀ ਮੰਜਿਆਂ ਦੇ ਲੇਟੇ ਪਏ ਸੁੱਤੇ ਪਏ ਹੈ। ਉੱਠੋ ਜੀ ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ ਜਾਗੋ ਜੀ ਅੱਗੋ ਜਵਾਬ ਮਿਲਦਾ ਜੀ ਉੱਠਦੇ ਹਾਂ ਉੱਠਦੇ ਰੱਖਦੇ ਜੀ ਸੌਣਾ ਜੀ ਜੇ ਸੁੱਤਾ ਹੋਵੇ ਤੇ ਫਿਰ ਉੱਠੇਗਾ ਕਹਿੰਦਾ ਸੁੱਤਾ ਤਾਂ ਹੈ ਹੀ ਮਾਫ਼ ਕਰਨਾ ਫਿਰ ਦੂਜੇ ਨੰਬਰ ਤੇ ਸੁਪਨਾ ਸੁਪਨਾ ਜਿੱਥੇ ਨੀਂਦ ਨਹੀਂ ਕੰਮ ਕਰਦੀ ਜਿੱਥੇ ਸੂਖਮ ਖਿਆਲ ਮੁਕਮਲ ਕਰਦਾ ਤੇ ਜੀ ਸੁਪਨਾ ਜੋ ਸੁਪਨੇ ਦੇਖਦਾ ਦਿਨ ਚੜ੍ਹਦਾ ਦੱਸਦਾ ਮੈਨੂੰ ਰਾਤੀ ਸੁਪਨਾ ਆਇਆ ਸੀ। ਉਹ ਗੂੜੀ ਨੀਂਦ ਦੇ ਵਿੱਚ ਉਸਨੂੰ ਕੁਛ ਨਹੀਂ ਪਤਾ ਹੁੰਦਾ ਬੇਖਬਰ ਹੁੰਦਾ। ਤੀਨ ਵਿਆਪੇ ਜਗਤ ਕੋ ਤੁਰਿਆ ਪਾਵੇ ਕੋਈ ਇਹ ਤਿੰਨ ਸਟੇਜਾਂ ਹਰ ਬੰਦੇ ਦੇ ਆਉਂਦੀਆਂ ਨੀਂਦ ਫਿਰ ਸੁਪਨਾ ਫਿਰ ਮਰ ਜਾਣਾ। ਤੀਨ ਵਿਆਪੇ ਜਗਤ ਕੋ ਤੁਰਿਆ ਪਾਵੇ ਕੋਈ ਮਹਾਂਪੁਰਖਾਂ ਦੇ ਜਿਹੜੇ ਸਤਪੁਰਸ਼ ਹਨ ਗੁਰੂ ਕੀ ਸੰਗਤ ਚੌਥੀ ਉੱਥੇ ਤਿੰਨ ਸਟੇਜਾਂ ਨੇ ਉਸ ਅਵਸਥਾ ਦੇ ਵਿੱਚ ਵਿਚਰਦੇ ਹਨ। ਰਾਜੇ ਜਨ ਨੂੰ ਸਪਨਾ ਆ ਰਹੇ ਰਾਜ ਤਖਤ ਤੇ ਸੁੱਤਾ ਸਪਨੇ ਦੇ ਵਿੱਚ ਰਾਜਾ ਜਨ ਕੀ ਦੇਖਦਾ ਗੁਆਂਢੀ ਰਾਜੇ ਨੇ ਚੜ੍ਹਾਈ ਕਰਕੇ ਇਸਦਾ ਰਾਜ ਖੋਲੇ। ਸਪਨਾ ਹੈ ਸਪਨੇ ਦੇ ਵਿੱਚ ਦਿੱਖੀ ਦੇਖਦੇ ਸਪਨੇ ਵਿੱਚ ਸਭ ਪਿੱਛੇ ਲੱਗਦਾ ਭੱਜਦੇ ਲੜਦੇ ਇਹ ਸਪਨਾ ਗੁਲਦੀ ਹੈ ਕੁਛ ਵੀ ਨਹੀਂ ਸਭ ਕਿੱਥੇ ਗਿਆ। ਸਪਨੇ ਦੇ ਵਿੱਚ ਸ਼ੇਰ ਦਿਖਦਾ ਦੌੜਦੇ ਜੇ ਅੱਖ ਖੁੱਲਦੀ ਹੈ ਨਾ ਉੱਥੇ ਸ਼ੇਰ ਤੁਸੀਂ ਕਿੱਥੇ ਹੁੰਦੇ ਉੱਥੇ ਸਪਨਾ ਸੀ ਉੱਥੇ ਗਿਆ। ਮਨ ਕਹਿੰਦੇ ਇਹ ਸਪਨੇ ਸੰਸਾਰ ਹੈ ਜਿਹੜਾ ਸਪਨੇ ਦੀ ਨਹੀਂ ਹੈ ਅੱਖ ਖੁੱਲਦੀ ਹੈ ਕੁਛ ਵੀ ਨਹੀਂ ਹੈ। ਇਸ ਤਰ੍ਹਾਂ ਜਿਹੜੀ ਜ਼ਿੰਦਗੀ ਇੱਕ ਲੰਬਾ ਸੁਪਨਾ ਹੈ ਇੱਕ ਵਾਰੀ ਕਹਿੰਦੇ ਵੈਸੇ ਇਹ ਅਸੀਂ ਸਾਰਾ ਸੰਸਾਰ ਸੁਪਨਾ ਦੇਖ ਰਹੇ ਹਾਂ ਸੁਪਨਾ। ਗੁਰੂ ਕੀ ਸੰਗਤ ਇਹਦੀ ਜਦੋਂ ਅੱਖ ਖੁੱਲਣੀ ਹੈ ਜਦੋਂ ਇਹਨੇ ਮੰਨਣਾ ਹੈ ਓਹੋ ਮੈਂ ਤਾਂ ਆਪਣੀ ਜ਼ਿੰਦਗੀ ਐਵੇਂ ਖਰਾਬ ਕਰ ਲਈ ਮੈਂ ਵੀ ਆਇਆ ਕਿਸ ਕੰਮ ਨੂੰ ਹੀ ਕਰਕੇ ਕੀ ਚੱਲਿਆ ਹਾਂ। ਸੋ ਰਾਜਾ ਜਨਕ ਮੇਰੇ ਕਹਿਣ ਦਾ ਮਤਲਬ ਰਾਜੇ ਜਨਕ ਨੂੰ ਗੁਰੂ ਕੀ ਸੰਗਤ ਸੁਪਨਾ ਦੇਖ ਰਿਹਾ ਹੈ। ਸਪਨੇ ਦੇ ਵਿੱਚ ਰਾਜਾ ਜਨਕ ਜੀ ਮਹਾਰਾਜ ਗੁਰੂ ਕੀ ਸੰਗਤ ਉਸਦੀ ਸਪਨਾ ਆ ਰਿਹਾ ਗੁਆਂਢੀ ਰਾਜੇ ਨੇ ਇਸ ਤੇ ਚੜ੍ਹਾਈ ਕਰ ਦਿੱਤੀ ਇਹ ਹਾਰ ਗਿਆ ਇਹਦੀਆਂ ਰਾਣੀਆਂ ਖੋਲੀਆਂ ਮਹਾਰਾਣੀਆਂ ਖੋਲੀਆਂ ਰਾਣੀਆਂ ਮਹਾਰਾਣੀਆਂ ਖੋਣ ਤੋਂ ਬਾਅਦ ਗੁਰੂ ਕੀ ਸੰਗਤ ਰਾਜੇ ਨੇ ਕਿਹਾ ਆਪਣੇ ਵਜ਼ੀਰਾਂ ਨੂੰ ਕਿਹਾ ਮੰਤਰੀਆਂ ਨੂੰ ਕਿਹਾ ਸੱਸ ਹੈ ਸਪਨਾ ਇੱਕ ਵਾਰੀ ਕਹਿ ਦੇ ਵੈਰ ਹੈ ਸਪਨਾ ਵਜ਼ੀਰਾਂ ਨੂੰ ਕਹਿ ਕੇ ਇੰਜ ਕਰੋ ਇਸਦੇ ਵਸਤਰ ਉਤਾਰ ਕੇ ਇਸ ਨੂੰ ਨਗਰ ਕਰਕੇ ਤੋੜ ਦਿੱਤਾ ਜਾਵੇ। ਮਾਫ ਕਰਨਾ ਗੁਰੂ ਕੀ ਸੰਗਤ ਇਹ ਸੰਸਾਰ ਸਗਲ ਹੈ ਸਤਨ ਇਹ ਮਨ ਸਾਰਾ ਸੰਸਾਰ ਹੈ ਹੀ ਸਤਨ। ਉਹ ਸਤਸੰਗ ਜੀ ਜਦੋਂ ਜਿੱਥੇ ਜਾਂਦਾ ਖੈਰ ਪੈਂਦੀ ਜਿੱਥੇ ਖੈਰ ਆ ਜਾ ਗੁਰੂ ਕੀ ਸੰਗਤ ਜਿੱਥੇ ਜਾਂਦਾ ਤਾਂ ਉਹਨੂੰ ਖੈਰ ਨਹੀਂ ਪੈਂਦੀ। ਕਰਦੇ ਕਰਦੇ ਇੱਕ ਐਸੇ ਦੇਸ਼ ਵਿੱਚ ਜਾਂਦਾ ਜਿੱਥੇ ਸਤਸੰਗ ਜੀ ਮਾਫ ਕਰਨਾ ਖਿਚੜੀ ਦਾ ਲੰਗਰ ਲੱਗਿਆ ਉਹ ਸਤਸੰਗ ਜੀ ਲੋਕ ਅੱਗੇ ਵੱਧਦੇ ਨੇ ਮਰਦ ਜਾਂਦੇ ਨੇ ਕਰਦੇ ਨੇ ਕਿ ਖਿਚੜੀ ਦੇ ਵਰਤੋਂ ਵਾਲਾ ਦੋ ਦੋ ਕੜਛੀਆਂ ਸਭ ਨੂੰ ਖਿਚੜੀ ਪਾਈ ਜਾਂਦਾ ਹੁਣ ਔਰ ਹੈ ਰਾਜਾ ਪਰ ਉਹਦੇ ਕੋਲ ਇੱਕ ਭਾਂਡਾ ਨਹੀਂ ਹੈ ਖਿਚੜੀ ਪਾਉਣ ਵਾਸਤੇ। ਇੱਕ ਵਾਰੀ ਕਹਿੰਦੇ ਲੈ ਸਪਨਾ ਦੇਖ ਰਿਹਾ ਹੈ ਭਾਂਡਾ ਨਹੀਂ ਹੈ ਇੱਕ ਬਰਤਨ ਨਹੀਂ ਹੈ ਖਿਚੜੀ ਪਾਉਣ ਵਾਸਤੇ ਉਹ ਦੋਵੇਂ ਹੱਥ ਕਰਦਾ ਮਾਫ ਕਰਨਾ ਗੁਰੂ ਕੀ ਸੰਗਤ ਦੋਵੇਂ ਹੱਥ ਕਰਦਾ ਉਹ ਖਿਚੜੀ ਗਰਮ ਸੀ ਖਿਚੜੀ ਹੱਥੋਂ ਡਿੱਗ ਪੈਂਦੀ ਉਹ ਕੁੱਤੀ ਖਾ ਜਾਂਦੀ ਉਹ ਕੁੱਤੀ ਖਾ ਜਾਂਦੀ ਉਹਨੂੰ ਖਿਚੜੀ ਰੋਣਾ ਸ਼ੁਰੂ ਕਰਤਾ ਕਈ ਦਿਨ ਦਾ ਭੁੱਖਾ ਮਾਫ਼ ਕਰਨਾ ਗੁਰੂ ਕੀ ਸੰਗਤ
ਹੁਣ ਇਸ ਵਕਤ ਦਾ ਬਾਦਸ਼ਾਹ ਪਹਿਰੇਦਾਰ ਪਹਿਰੇ ਦੇ ਖੜੇ ਨੇ, ਰਾਣੀਆਂ ਮਹਾਰਾਣੀਆਂ ਖੱਬੇ ਸੱਜੇ ਬੈਠੀਆਂ ਨੇ, ਵਜ਼ੀਰ ਮੰਤਰੀ ਟਹਿਰ ਕਰ ਟਹਿਰ ਕਰ ਉਸਦੇ ਮਾਸਕਰ ਗੁਰਕੀ ਸਿੰਘ ਸੇਵਾ ਵਿੱਚ ਹਾਜ਼ਰ ਨੇ। ਪਰ ਹੋਰ ਹੈ ਰਾਜਾ ਮਾਫ ਕਰਨਾ ਗੁਰਕੀ ਸਿੰਘ ਕੀ ਇੱਕ ਵਰਤ ਨਹੀਂ ਮਿਲਦਾ, ਬਾਹਰ ਖਜ਼ਾਨੇ ਭਰੇ ਪਏ ਨੇ, ਵਕਤ ਦਾ ਬਾਦਸ਼ਾਹ ਭਰੇ ਭਰੇ ਖਜ਼ਾਨੇ ਨੇ, ਇਹਦੇ ਅੰਦਰ ਵੀ ਸਾਧ ਸੰਗਤ ਦੇ ਨਾਮ ਦੇ ਖਜ਼ਾਨੇ ਭਰੇ ਹੋਏ ਨੇ। ਮਾਫ ਕਰਨਾ ਮੈਂ ਮੇਰੀ ਨੂੰ ਮਾਰ ਕੇ, ਸਾਰੇ ਕੋਲ ਮੈਂ ਮੇਰੀ ਨੂੰ ਮੈਂ ਮਾਰ ਕੇ ਆ ਕੀ ਕਰਦਾ ਰਹਿੰਦਾ, ਮੇਰਾ ਘਰ ਮੇਰੇ ਪੁੱਤਰ ਬੱਚਾ ਵਰਜਿਆ ਕਿੰਨਾ ਦਾ ਹੁੰਦਾ, ਰੋਂਦਾ ਕਿ ਜਾਂਦਾ ਬੋਲਦੇ ਨੀ। ਜੇ ਮੈਨੂੰ ਕੋਈ ਕਹੇ ਭੇਵੇ ਵਾਲਿਆ ਤੁਹਾਡੀ ਜਨਾਨੀ ਮਰ ਗਈ, ਉਹ ਭੇਵੇੜਾ ਕਿਨੂੰ ਰੋਊਗਾ, ਜਨਾਨਾ ਜਨਾਨੀ ਹੈ ਹੀ ਬੋਲਦੇ ਨੀ। ਭੇਵੇ ਲੱਗਾ ਕਿ ਤੁਹਾਡਾ ਮੁੰਡਾ ਮਰ ਗਿਆ, ਤੁਹਾਡਾ ਸੋਹਰਾ ਮਰ ਗਿਆ, ਪੁਰਾਣਾ ਮਰ ਗਿਆ, ਜਿਹਦਾ ਹੈ ਹੀ ਨਹੀਂ। ਚਾਹ ਚੂੜੀ ਚਮਿਆਰੀ, ਚਾਹ ਚੂੜੀ ਚਮਿਆਰੀ, ਚਾਹ ਜਿਹੜੀ ਮਾਫ ਕਰਨਾ ਨੂੰ ਨੀਂਦ ਦੱਸਿਆ, ਚਾਹ ਚੂੜੀ ਚਮਿਆਰੀ ਅੱਤ ਨੀਚਨ ਕੀ ਨੀਚ, ਇਹ ਨੀਵੀਂ ਤੋਂ ਨੀਵੀਂ ਹੈ ਚਾਹ। ਬੜੇ ਬੜੇ ਇੱਜ਼ਤਦਾਰ ਬੰਦੇ, ਬੜੇ ਬੜੇ ਖੱਬੀ ਖਾ ਬੰਦੇ, ਚਾਰ ਪੈਸੇ ਆ ਗਏ, ਮਾਫ ਕਰਨਾ ਮਾੜੇ ਕੰਮ ਕਰਦੇ ਕਰਦੇ ਨੇ, ਕੋਈ ਕਹਿ ਦੇ ਮਾਫ ਕਰਨਾ ਭੁੱਲ ਗਏ, ਚਾਹ ਮਾੜੇ ਬਸ ਚਲੀ ਗਈ। ਚਾਹ ਚੂੜੀ ਚਮਿਆਰੀ ਅੱਤ ਨੀਚਨ ਕੀ ਨੀਚ, ਅੱਤ ਨੀਚੇ ਕੀ ਨੀਵੀਂ ਦੀ ਨੀਵੀਂ ਹੈ, ਅੱਤ ਨੀਚਨ ਕੀ ਨੀਚ, ਚਾਹ ਨਾ ਹੋਤੀ ਜਗਤ ਮੈਂ, ਸਾਰੇ ਬੜੇ ਚਾਹ ਨਾ ਹੋਤੀ ਚਾਹ ਨਾ ਹੋਤੀ ਜਗਤ ਮੈਂ ਸੁਖੀ ਹੋਤੇ ਸਭ ਮੀਤ, ਸਾਰੇ ਹੀ ਸੁਖੀ ਹੋ ਜਾਂਦੇ ਜੇ ਇਹ ਚਾਹ ਨਾ ਹੁੰਦੀ। ਪ੍ਰਭ ਕਹਿ ਸਿਮਰ ਕ੍ਰਿਸ਼ਨਾ ਮੁਝੇ, ਪ੍ਰਭ ਕਹਿ ਸਿਮਰਨ ਸਭ ਸੁਝੇ, ਪ੍ਰਭ ਕਹਿ ਸਿਮਰਨ ਤ੍ਰਾਸਾ, ਪ੍ਰਭ ਕਹਿ ਸਿਮਰਨ ਪੂਰਨ ਆਸਾ, ਸੋ ਸੱਸ ਵਕਤ ਦਾ ਬਾਦਸ਼ਾਹ। ਉਹ ਸਤਸੰਗ ਜੀ ਬਾਹਰ ਖਜ਼ਾਨੇ ਭਰੇ ਨੇ, ਮੈਂ ਮੇਰੀ ਨੂੰ ਮਾਰ ਕੇ, ਸਾਰੇ ਬੜੇ ਮੈਂ ਮੇਰੀ ਨੂੰ, ਆਹ ਡਰਾਮਾ ਜਿਹਾ ਦੇਖ ਰਹੇ ਆ, ਸਥਾਨ ਬਣਾ ਦੋ ਜੀ, ਇਹ ਕਰ ਦੋ ਉਹ ਕਰ ਦੋ ਜੀ, ਮਾਫ਼ ਕਰਨਾ ਥਾਂ ਥਾਂ ਤੇ ਜਾਂਦੇ, ਜਦ ਜਾਣਾ ਤਾਂ ਤਾੜੀਆਂ ਮਾਰ ਕੇ ਜਾਣਾ, ਇਹ ਜਾਣਾ ਬਸ। ਕਮਾਈ ਕੀਤੀ ਹੈ ਇੱਕ ਵਾਰੀ ਕਹਿ ਦੇ, ਜਿਹੜੇ ਬੱਚੇ ਅਮਰੀਕਾ ਕਨੇਡਾ ਇੰਗਲੈਂਡ 'ਚ ਚੱਲ ਕੇ ਆਉਂਦੇ ਨੇ, ਵਿਦੇਸ਼ਾਂ 'ਚ ਗਏ ਨੇ, ਚਾਰ ਪੈਸੇ ਦੀ ਕਮਾਈ ਕਰਕੇ ਆਉਂਦੇ ਨੇ, ਅੱਗੇ ਮਾਂ ਬਾਪ ਕਿੰਨੀ ਕਿੰਨੇ ਪਿਆਰ ਮਿਲਦੇ ਨੇ, ਰਿਸ਼ਤੇਦਾਰ ਸੰਬੰਧੀ ਮਿਲਦੇ ਨੇ, ਮਾਫ਼ ਕਰਨ ਕੀ ਸੰਬੰਧੀ ਜਿਹੜੇ ਲਟਾ ਕੇ ਆ ਜਾਂਦੇ ਨੇ, ਕੋਈ ਚੰਗਾ ਸਮਝਦਾ ਬੋਲਦੇ ਨੇ, ਕੋਈ ਸਮਝਦਾ ਮਾਂ ਬਾਪ ਕਹਿੰਦੇ ਦੁਰ ਫਿਟੇ ਮੇਰੇ ਜੰਮਣ ਗਏ, ਖੱਟਣ ਵਾਸਤੇ ਗਿਆ ਸੀ ਕਰਕੇ ਕੇ ਆਇਆ, ਇਵੇਂ ਪਰਮੇਸ਼ਰ ਕਹਿੰਦਾ ਜਿਹੜੇ ਮਾਫ਼ ਕਰਨ ਕੀ ਸੰਗਤ ਨਾਮ ਜਪੇ ਜਾਂਦੇ ਨੇ, ਭਜਨ ਕਰਕੇ ਜਾਂਦੇ ਨੇ, ਮਾਫ਼ ਕਰਨਾ ਪਰਮੇਸ਼ਰ ਉਹਨਾਂ ਨੂੰ ਥਾਂ ਦਿੰਦਾ ਬੈਠਣ ਨੂੰ, ਆ ਪੁੱਤ ਤੂੰ ਆਪਣਾ ਜਨਮ ਸਫਲਾ ਕਰਕੇ ਆਇਆ। ਜਿਹੜੇ ਨਹੀਂ ਕਰਦੇ ਸਿਮਰ ਨਹੀਂ ਕਰਦੇ, ਜਾਣ ਪੈਂਦੀਆਂ ਫਟਕਾਰਾਂ, ਮਾਫ਼ ਕਰਨਾ ਗੁਰਕੀ ਸਿੰਘ ਮਾਫ਼ ਕਰਨ ਉਹਨਾਂ ਨੂੰ ਫਟਕਾਰਾਂ ਪੈਂਦੀਆਂ, ਉਹਨਾਂ ਨੂੰ ਲਾਹਤਾਂ ਪੈਂਦੀਆਂ ਨੇ, ਤੂੰ ਗਿਆ ਜੀ ਕੱਲ ਕੀ ਕਰਕੇ ਆਇਆ। ਇਸੇ ਤਰ੍ਹਾਂ ਕਹਿੰਦੇ ਹਨ ਮਾਫ਼ ਕਰਨਾ ਗੁਰਕੀ ਸਿੰਘ, ਮੈਂ ਮੇਰੀ ਨੂੰ ਮਾਰ ਕੇ, ਮੈਂ ਮੇਰੀ ਨੂੰ ਮੈਂ ਕਰਕੇ ਜਾਪੇ ਨੇ ਸਾਰੀ, ਮੈਂ ਮੇਰਾ ਮੇਰੇ ਬੱਚੇ ਮੇਰੀ ਘਰ ਰਹੀ, ਮੈਂ ਫਲਾਣਾ ਮੇਰਾ ਉਹ ਮੇਰਾ ਜੀ, ਹਾਂ ਜਦੋਂ ਮਾਤਾ ਜੀ ਚੜ੍ਹਾਈ ਕਰਾਂਗੇ ਮੈਂ ਤੁਹਾਨੂੰ ਸਾਰਾ ਬਣਾਊਗਾ। ਹਾਂਜੀ ਕਿਤੇ ਬੈਂਡਬਾਜੀ ਬਜਦੇ ਹੋਣਗੇ, ਕਿਤੇ ਕੁਛ ਹੋਊਗਾ, ਕਿਤੇ ਕੀਰਤਨ ਹੁੰਦਾ ਹੋਊਗਾ, ਕਿਤੇ ਪਗੜੇ ਪੈਂਦੇ ਜਾਂਦੇ ਨੇ, ਕਿਉਂ ਜਨਮ ਲਾਇਆ ਸਤਸੰਗ ਜੀ, ਉਹ ਸਤਸੰਗ ਜੀ ਇਹ ਰੌਣਕ ਰਲਾਉਣਾ ਤਾਂ ਦੁਨਿਆਵੀ ਬੰਦੇ ਦਾ ਕੰਮ ਹੈ, ਕਿਉਂ ਕਹਿ ਦੇ ਦੁਨਿਆਵੀ ਬੰਦੇ ਦਾ ਕੰਮ, ਉਹ ਸਤਸੰਗ ਸੱਤ ਪੁਰਸ਼ ਨੇ ਜਿਹੜੇ ਇਹਨਾਂ ਹੱਥਾਂ ਨੂੰ ਪਾਰ ਕਰ ਜਾਂਦੇ ਨੇ, ਲੰਘ ਜਾਂਦੇ ਨੇ। ਸਤਸੰਗ ਜੀ ਖੈਰ ਚਾਰ ਦਿਨ ਹੀ ਚਾਰ ਦਿਨ ਹੁੰਦੇ ਨੇ, ਪਤਾ ਜੀ ਮੇਰਾ ਫਲਾਣਾ ਮਰ ਗਿਆ ਜੀ, ਹੋ ਗਿਆ ਉਹ, ਹੋ ਗਿਆ ਮਹੀਨੇ ਕੁ ਬਾਅਦ ਜਾਣਾ ਹੀ ਸੀਗਾ ਜੀ, ਉਹ ਚਲਾ ਹੀ ਗਿਆ ਜੀ, ਹੁਣ ਆਉਣਾ ਕਿੱਥੇ, ਉਹ ਤੁਹਾਡੇ ਕੀ ਗੱਲ ਜੀ, ਅਸੀਂ ਜੇ ਕੋਈ ਸੰਬੰਧੀ ਮਰ ਜਾ ਉਹਨੂੰ ਕੋਈ ਰਿਸ਼ਤੇਦਾਰ ਨੂੰ ਮਰ ਜਾ ਮਰਾਉਂਦੇ ਹਾਂ, ਘਰ ਵਾਲਾ ਕੋਈ ਮਰ ਜਾ ਉਹਨੂੰ ਰੋਂਦੇ ਹਾਂ, ਅਸੀਂ ਰੋਂਦੇ ਹਾਂ ਆਪਣੇ ਕੰਮਾਂ ਨੂੰ, ਸਾਡੇ ਕੰਮ ਕਿਹੜਾ ਕੱਢੂ ਹੈ, ਕੋਈ ਕਹਿੰਦੇ ਸਾਡੇ ਕੰਮ ਕਿਹੜਾ ਕਰੂ, ਕਮੰਦਰ ਕੌਣ ਹੁੰਦਾ। ਸੋ ਸਤਸੰਗ ਜੀ ਉਹ ਕਹਿੰਦੇ ਮੈਂ ਮੇਰੀ ਮਾਫ਼ ਕਰਨਾ, ਮੈਂ ਮੇਰੀ ਨੂੰ ਮਾਰ ਕੇ, ਮੈਂ ਮੇਰੀ ਨੂੰ ਮਾਰ ਕੇ ਤੂੰ ਨਿੱਕੀ ਕਰਕੇ ਕੁੱਟ, ਤੂੰ ਨਿੱਕੀ ਕਰਕੇ ਕੁੱਟ, ਭਾਈ ਖਜ਼ਾਨੇ ਗੁਰੂ ਦੇ ਤੂੰ ਅੰਦਰ ਵੜ ਕੇ ਲੁੱਟ। ਰਾਜਾ ਦੇ ਸਤ ਸਿੰਘ ਦੀ ਵਕਤ ਦਾ ਬਾਦਸ਼ਾਹ ਸੁੱਤਾ ਪਿਆ, ਸੋਨੇ ਦੀ ਸੇਜਾ ਦਿੱਤੇ, ਪਹਿਰੇਦਾਰ ਪਹਿਰੇ ਦੇ ਖੜੇ ਨੇ, ਵੀਰ ਮੰਤਰੀ ਟਹਿਰ ਕਰ ਟਹਿਰ ਕਰ, ਸਤ ਸਿੰਘ ਜੀ ਮਾਫ਼ ਕਰਨਾ ਸੇਵਾ ਵਿੱਚ ਹਾਜ਼ਰ ਹਨ, ਖਜ਼ਾਨੇ ਭਰੇ ਪਏ ਨੇ ਮਾਇਆ ਦੇ, ਪਰ ਸੁਪਨੇ ਵਿੱਚ
एक खिचड़ी नहीं मिलती सत्संग की, एक बर्तन ही है खिचड़ी के विच। मां कहते जाएगा ना तेरे पले कुछ नहीं होना सत्संग जी, उस रोवेगा। एक ना आटा अगला, सारे पढ़ो, एक ना आटा बाबा फरीद जी कहते एक ना आटा अगला। आज तुम जो बैठे हो आटे के बिना रोटी नहीं बनती, माफ कर बनती है बोलते नहीं। लून कहना खा लो गए, वह कहना खा लो, खा लो गए। एक ना आटा अगला, एक वो जिन्होंने दरगाही तोशा माफ नाम रुपया समन किया नाम रूपी आटा इकट्ठा कर रहा। एक ना आटा अगला, एक ना नहीं लोहे, एक ना नहीं लोन, एक ना दे लोन लोन जो भी पैसे नहीं है। अगे गए सिंजाब सन सारे कोलो, अगे गए सिंजाब सन चोटा खासी कौन, जिन्हें नाम नहीं जपया अगे मारू कहते अगे जाकर पछाने जाने। वो राजा जनक सपने दे विच माफ करना, ओ राजपाल खोलिया सब कुछ ज्यादा लगे है, खिचड़ी बताई जा रही है, बर्तन नहीं है कहते बर्तन लिया, वो बर्तन कहते है नहीं, वो खिचड़ी हाथ अगे करता खिचड़ी गर्म है हाथ सड़ते है खिचड़ी डिग नहीं, वो खिचड़ी एक कुत्ती खा जाती खिचड़ी कुत्ती गति, वो फिर तो होर खिचड़ी मंगता है, वो कहता होर खिचड़ी जरा खिचड़ी बता रहा सी, वो कहता होर नहीं मिलनी एक और मिलनी सी देती और खिचड़ी मिलनी, उन्हें फिर चीज रोन लग गया। तो बड़े जब रोते नहीं होते कहीं वो बोलते नहीं रोते कहीं जिस जाग गया उन भी वो भी दो अवस्था ने जाग कहीं हंसते भी हैं असी रोते भी हैं, हंसते भी हैं रोते भी हैं, खुशी च हंसते हैं दुख से रोते हैं। पर आज दिन है जी हम उन्हें रोना शुरू करता वो खिचड़ी मिलती नहीं, वर्तावा कहता खिचड़ी हो रही मिल सकता। और समय सात सौ संगी वजीर मंत्रियों ने सोचा कि सरकार को भी ड्रामा सपना आ गया, सरकार को ड्रामा सपना आ गया, सपने का लाज की है की राज सब सपने का लाज जगा देना। एक बार कह देना है सपना ही महापुर के सपने ने तो नहीं जगा देने को भी कह देना बोले सोने सपने का लाज जगा दे कोई जगा दे राणिया महाराणिया बोलिया दासियां पहरेदार घर में खड़े ने, राजा कित्थे गया जिन्हें अटैक किया सी, अंदर मेरी राणी बोली तो कित्थे गया, मेरे को तो सब ठीक ठाक है, माफ करना मेनू माफ करना मेरे को बर्तन नहीं जी, ये सारे खजाने पर सब कुछ देखता है। राजे जन एक भरम पैदा हो गया, ये सच क्या सच जानी सपना सच है, सपना सच है कि माफ करना जो अखी देख रहे ये सच है, ये सच है वो सच, ये सच है वो सच। लोग करते करते सास में राजे जन ने हूँ शर्म के मारे गल नहीं करता, एक बड़ी कह देता शर्म के मारे गल नहीं करता, माफ करना भी मेरी रानी खुल गई है। आप की देखते हैं किसी की औरतों को चुरा के नजर आता कि रहा बोलते नहीं रहा, मेरी रानी ठीक ठाक बैठी है, वजीर मंत्री कह रहा कह रहा सब ठीक बैठे ने, वह कहता ये सच वो सच ये सच वो सच। और राजा दसदा नहीं शर्म के मारे क्योंकि असं वडियाई च फसे, एक बार कह देना असं वडियाई च फसे अपनी कमियां छुपाते हैं, कभी महाराज आख्या कर महाराज मैं पापी पापी अपराधी दुराचारी सच्चे पातशाह को नाल हम लून हो लून हरामी सच्चे पातशाह से तेरा खा के अभी नमक खा के तेरा दत्ता खा के आराम करते हैं, कभी क्या है बोलते नहीं मैं ही मेरी पुठी मेरा बड़ी कभी क्या है कि महाराज मैं तेरा दत्ता खाना मैं तेरा दत्ता पाऊंगा जिसका दत्ता खावना तो सही है। सुभाष राजे जनक ने शर्म दे मारे दादा नहीं बड़े बड़े महापुरुष सदे कहने 88 हजार महापुरुष इकट्ठा कर लेता,
ਦੱਸੇਗਾ ਦੱਸੇਗਾ ਜਿਹੜਾ ਇਹਨਾਂ ਗੱਲਾਂ ਜਾਣਦਾ। 88,000 ਮਹਾਂਪੁਰਖ ਇਕੱਠਾ ਕਰਕੇ ਦਾਦੀ ਜਿੰਦ ਨੇ ਸਾਧ ਸੰਗਤ ਦੀ ਕੈਦ ਖਾਣੀ ਪਾ ਕੇ ਪਾਤਾ। ਕਹਿੰਦਾ ਸਵਾਲ ਦਾ ਜਵਾਬ ਦਿਓ ਤੇ ਜਾਓ, ਸਵਾਲ ਦਾ ਜਵਾਬ ਦਿਓ ਤੇ ਤੁਸੀਂ ਜਾ ਸਕਦੇ ਹੋ। ਖਾਣ ਦੀ ਕੋਈ ਕਮੀ ਨਹੀਂ ਛੱਡੀ, ਇਹ ਸੱਚ ਉਹ ਸੱਚ ਇਹ ਸੱਚ ਉਹ ਸੱਚ। ਉਹ ਕਹਿੰਦੇ ਰਾਜੇ ਗੱਲ ਖੋਲ ਕੇ ਕਿਸੇ ਤੈਨੂੰ ਦੱਸੀਏ, ਗੱਲ ਖੋਲ ਕੇ ਦੱਸੇ ਦੱਸੇ ਤੈਨੂੰ ਦੱਸੀਏ ਵੀ ਆਹ ਕੀ ਗੱਲ ਹੋ ਗਈ, ਆਹ ਗੱਲ ਤੇ ਮਾਫ਼ ਕਰ ਆਹ ਸੱਚ ਕਿਉਂ ਸੱਚ। ਇੱਕ ਅਸ਼ਟਾ ਬੱਕਰ ਹੋਇਆ ਮਾਫ਼ ਕਰਨਾ, ਇਹ ਮਨੋਹਰ ਰਿਸ਼ੀ ਦਾ ਪੁੱਤਰ ਸੀ, ਬੱਚਿਆਂ ਨਾਲ ਖੇਡ ਰਿਹਾ ਸੀ। ਅਸ਼ਟਾ ਬੱਕਰ ਜੀ ਦੇ ਸਰੀਰ ਚ 8 ਵਲ ਪੈਂਦੇ ਸੀ, ਇੱਕ ਪੈਰ ਹੱਥੇ ਦਾ ਸੀ, ਦੂਜਾ ਇੱਧਰ ਸੀ, ਲਾਟੇ ਦਾ ਸਿਰ ਇੱਧਰ। ਉਹ ਅਸ਼ਟਾ ਬੱਕਰ ਇੱਕ ਦਿਨ ਨਾਲ ਦੇ ਬੱਚਿਆਂ ਨੇ ਖੇਡ ਦੱਸ ਪਿਆ ਤੇ ਨਾਲ ਦੇ ਬੱਚਿਆਂ ਨੂੰ ਮਜ਼ਾਕ ਕੀਤਾ, ਕਹਿੰਦਾ ਜਾ 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 ਤੇਰਾ ਤੇਰਾ ਪਿਓ ਕਿੱਥੇ ਹੈ, ਆਪਣੇ ਨਾਨੇ ਦੇ ਘਰ ਰਹਿਣਾ, ਤੇਰੀ ਮਾਂ ਨੂੰ ਸ਼ਰਮ ਹੈ, ਮਾਂ ਨੂੰ ਆਪਣੇ ਸਹੁਰੇ ਘਰ ਰਹਿਣਾ ਚਾਹੀਦਾ। ਉਹ ਮਾਫ਼ ਕਰਨਾ ਉਹ ਘਰ ਆਇਆ, ਉਹਨੂੰ ਬੱਚਿਆਂ ਆਖਿਆ ਤੈਨੂੰ ਪਤਾ ਸਾਡੇ ਖੇਡਣ ਵਾਸਤੇ ਇਹਨਾਂ, ਤੇਰਾ ਪਿਓ ਕਿੱਥੇ ਹੈ। ਉਹ ਘਰ ਆਇਆ, ਮਾਂ ਨੂੰ ਕਹਿੰਦਾ ਮਾਂ ਮੇਰਾ ਪਤਾ ਕਿੱਥੇ ਹੈ, ਅਸੀਂ ਕਿੱਥੇ ਰਹਿੰਦੇ। ਮਾਂ ਨੇ ਖਲਾ ਪਾ ਲੱਗੀ ਕਿ ਬੇਟਾ ਇੱਕ ਰਾਜੇ ਜਨਕ ਨੂੰ ਇੱਕ ਕਲਮ ਹੋ ਗਿਆ, ਸਾਧੋ ਏ ਜਗ ਪਰਮ ਪੁਲਾਨਾ, ਸਾਰੇ ਪੜੋ ਸਾਧੋ ਏ ਜਗ ਪਰਮ ਪੁਲਾਨਾ, ਰਾਮ ਨਾਮ ਕਾ ਸਿਮਰਨ ਛੋਟਿਆ ਮਾਇਆ ਫਾਤ ਬਖਾਨਾ। ਕਹਿ ਲਗੀ ਬੇਟਾ ਰਾਜੇ ਜਨਕ ਨੂੰ ਕੋਈ ਪਰਮ ਹੋ ਗਿਆ, ਮਾਫ਼ ਕਰਨਾ ਇਹ ਸੱਚ ਉਹ ਸੱਚ। ਹਰ ਗੁਰੂ ਵੀ ਦੱਸਦਾ ਉਹਨੇ ਬੜੇ ਬੜੇ ਮਹਾਂਪੁਰਖ ਇਕੱਠੇ ਕੀਤੇ, ਤੇਰੇ ਪਿਓ ਨੂੰ ਵੀ ਸੱਦਿਆ ਹੈ, ਉਹ ਵੀ ਤੇਰੇ ਪਿਓ ਉੱਥੇ ਹੈ। ਮਾਫ਼ ਕਰਨਾ ਸਾਧ ਸੰਗਤ ਦੀ ਉੱਚੇ ਪਰਬਤ ਦਰਾਡੀਆਂ ਘਾਟੀਆਂ ਤੋਂ ਸੰਤ ਕੋਈ ਅੰਬਾਂ ਦੇ ਬੂਟੇ ਨੇ ਜਿਹੜੇ ਅੰਬਾਂ ਨਾਲ ਲੱਗ ਜਾਣਗੇ, ਅੰਬ ਨਹੀਂ ਜਿਹੜੇ ਅੰਬਾਂ ਨਾਲ ਲੱਗ ਜਾਣਗੇ। ਸੰਤ ਮਹਾਤਮਾ ਕੋਈ ਮਾਫ਼ ਕਰਨਾ ਗੁਰੂ ਕੀ ਸੰਗਤ ਸਰੀਰ ਬੰਦਿਆਂ ਵਾਲੇ ਧਾਰਨ ਕਰਕੇ ਆਉਂਦੇ ਨੇ, ਦਸੇ ਪਾਤਸ਼ਾਹੀਆਂ ਮਾਂ ਸਰੀਰ ਵਿੱਚ ਆਈਆਂ, ਪਰ ਉਹ ਸਰੀਰ ਥੋੜਾ ਸੀ, ਉਹ ਤਾਂ ਰੱਬੀ ਜੋਸ਼ ਸੀ। ਗੁਰੂ ਕੀ ਸੰਗਤ ਜਿਹਨਾਂ ਬੱਚਿਆਂ ਨੇ ਅੱਗੇ ਵਧਣਾ ਹੁੰਦਾ ਉਹ ਖੂਨ ਹਾਰ ਵੀ ਬਣ ਕੇ ਹੋਰ ਚੀਕਣੇ ਚੀਕਣੇ ਪਾ ਦੇ। ਆਪਣੀ ਮਾਂ ਨੂੰ ਕਹਿੰਦਾ ਮਾਂ ਮੇਰਾ ਪਿਓ ਰਾਜਾ ਜਨਕ ਦੀ ਕੈਚ, ਖੈਰ ਗੁਰੂ ਕੀ ਸੰਗਤ। ਉਹ ਰਾਜਾ ਕਹਿੰਦਾ ਮੈਂ ਆਪਣੇ ਪਿਓ ਨੂੰ ਤਾਂ ਕਹਿੰਦਾ ਸਾਰੇ ਮਹਾਂਪੁਰਖਾਂ ਨੂੰ ਬਰੀ ਕਰਾ ਕੇ ਲਿਆਵਾਂਗਾ ਉਹਦੀ ਕੈਦ ਦੇ ਵਿੱਚੋਂ। ਮਾਫ਼ ਕਰਨਾ ਗੁਰੂ ਕੀ ਸੰਗਤ। ਸਾਧ ਸੰਗਤ ਜੀ ਬੜੀ ਕੜੀ ਮੰਜਾ ਦਾ ਸਾਧ ਸੰਗਤ ਜੀ ਕਹਿ ਗੁਰੂ ਕੀ ਸੰਗਤ। ਜਦੋਂ ਉਹ ਗਿਆ ਮਾਫ਼ ਕਰਨਾ ਨੌਕਰ ਨੂੰ ਨਾ ਲੱਗ ਕੇ ਕੁਦਰਤੀ ਗੱਲ ਹੈ ਕਿ ਵਿੰਗ ਮਾਰਦਾ ਵਿੰਗ ਮਾਰਦਾ ਸੀ ਗਿਆ ਤੇ ਰਾਜੇ ਜਨਕ ਦੀ ਪਾਲਕੀ ਉਹਦੇ ਰਾਜਧਾਨੀ ਗੁਜਰਨੀ ਨੀ ਸ਼ਹਿਰ ਵਿੱਚ ਗੁਜਰਨੀ ਹੈ, ਜਾ ਕੇ ਸਾਧਸੰਗਤ ਦੀ ਉਹਦੇ ਸੜਕ ਦੇ ਵਿਚਾਲੇ ਕਰਕੇ ਅੱਗੇ ਜੇ ਰਜੀ ਮੰਤਰੀ ਟਹਿਲ ਕਰ ਜਰਨੈਲ ਕਰਨ ਮਹਾਰਾਜਾ ਜਨਕ ਕੀ ਜੈ ਹੋ, ਮਹਾਰਾਜਾ ਜਨਕ ਕੀ ਜੈ ਹੋ। ਉਹ ਖੈਰ ਗੁਰੂ ਕੀ ਸੰਗਤ ਉਹ ਕਰਦੇ ਕਰਦੇ ਸਾਰੇ ਲੋਕ ਇੱਕ ਪਾਸੇ ਹੁੰਦੇ ਨੇ ਪੈ ਮਾਫ਼ ਕਰ ਰਹੇ ਸੀ, ਰੂਟਰ ਬਾਈਕ ਦੇਖੇ ਹੋਣੇ ਸੀ ਮੰਤਰੀਆਂ ਛੰਤਰੀਆਂ ਦੇ ਕੇ ਤੇ ਲੋਕ ਇੱਕਦਮ ਪੁਲਿਸ ਵਾਲਿਆਂ ਦੇ ਪਿੱਛੇ ਕਰਦੇ ਨੇ ਤੇ ਮਹਾਰਾਜਾ ਜਨਕ ਕੀ ਜੈ ਹੋ। ਉਹ ਸਾਰਾ ਸਹੀ ਉੱਥੋਂ ਉੱਡਦਾ ਨਹੀਂ ਹੈ, ਉਹਦੇ ਅਸ਼ਟਾ ਬੱਕਰ ਦੇ ਕੋਲ ਗਏ ਕਹਿੰਦੇ ਉੱਡਦਾ ਨਹੀਂ, ਇੱਕ ਪਾਸੇ ਹੋ ਜਾ ਇੱਕ ਤਰਫ ਹੋ ਜਾ ਰਾਜਾ ਜਨਕ ਜੀ ਆ ਰਹੇ। ਉਸ ਅਸ਼ਟਾ ਬੱਕਰ ਨੇ ਆਖਿਆ ਰਾਜਾ ਜਨਕ ਕਹੀਂ ਅੰਧਾ ਹੈ, ਸੁਣਿਆ ਕਿ ਬੜਾ ਨਿਆਂਪ੍ਰਸਤ ਰਾਜਾ ਹੈ, ਬੜਾ ਨਿਆਈ ਰਾਜਾ, ਉਸ ਅੰਧੇ ਕੋਲ ਇਹ ਨਹੀਂ ਪਤਾ ਹੈ ਕਿ ਐਸਾ ਇਨਸਾਨ ਰਾਸਤੇ ਮੇਂ ਬੈਠਾ ਹੈ। ਮਾਫ਼ ਕਰਨਾ ਜੋ ਚੱਲ ਨਹੀਂ ਸਕਦਾ, ਉੱਠ ਨਹੀਂ ਸਕਦਾ, ਫਿਰ ਨਹੀਂ ਸਕਦਾ, ਰਾਜੇ ਜਨਕ ਨੂੰ ਕਹੇ ਕਹੋ ਕਿ ਇਹ ਤਰਫ ਹੋ ਕੇ ਗੁਜਰ ਜਾ। ਮਾਫ਼ ਕਰਨਾ ਗੁਰੂ ਕੀ ਸੰਗਤ ਉੱਠਦਾ ਫਿਰ ਰਾਜਾ ਜਨਕ ਪੁੱਛਦਾ ਕਹਿੰਦਾ ਕੌਣ ਹੈ ਤੂੰ, ਕਹਿੰਦਾ ਤੁਝੇ ਕਿਆ ਚਾਹੀਦੇ। ਪ੍ਰਭ ਕੋ ਸਿਮਰਤ ਸੇ ਬਹਿ ਮਹਤਾਜੇ, ਪ੍ਰਭ ਕੋ ਸਿਮਰਤ ਸੇ ਸਰਬ ਕੇ ਰਾਜੇ, ਕਿਆ ਚਾਹੀਦੇ ਤੇਰੇ ਕੋ, ਚਾਹਤਾ ਕਿਆ ਹੈ। ਕਹਿੰਦਾ ਮੁਝੇ ਗਿਆਨ ਚਾਹੀਦੇ, ਕਹਿੰਦਾ ਗਿਆਨ ਚਾਹੀਦੇ, ਗਿਆਨ ਐਸੇ ਥੋੜੀ ਮਿਲਤਾ ਹੈ, ਚੱਲ ਹਮ ਤੇਰੇ ਕੋ ਗਿਆਨ ਦੇਂਗੇ। ਕਰ ਗੁਰੂ ਕਿਸ਼ਨ ਰਾਜਾ ਜਨ ਬਹੁਤ ਉੱਚੀ ਸਟੇਜ ਆ ਉਹਨੇ ਖੜੀ ਕਰ ਲਈ ਬਣਾ ਲਈ, ਯਾਨੀ
20 फुट ऊंची स्टेज बना ली। उस स्टेज उत्ते राजा ने आप खड़े बैठ चढ़ के बैठ गया। जिन्हें भी महापुरुष 88 महापुरुष उत्ते सारे बैठे सन। तो दे गया ना, ना जात है ना पात है ना तात है ना मात है, दसे पातशाह फरमाते हैं अपनी बाणी से। वो सत्संग दी सारे महापुरुष सद ले, सारे सभा बैठे ने, सभा बैठे थे अष्टा बखर। हुण जदों लगा पौड़ी ते चढ़न, शरीर टेढ़ा मेढ़ा हो गया, पर शरीर ऐसा सी अठ वल पैंदे सी उहदे शीश। अष्टा बखर दा मतलब उहदे शीश अठ वल पैंदे सन। उह जदों चढ़न लगा सत्संग जी, ਉਹ ਕਹਿੰਦੇ ਜਾਂਦੇ 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 ਨੇ ਸਾਰੇ ਮਹਾਂਪੁਰਖ ਬੈਠੇ 88 ਮਹਾਂਪੁਰਖ। ਤੇ ਉਹ ਜਾ ਕੇ ਸਟੇਜ ਉੱਤੇ ਖੜਾ ਹੋ ਗਿਆ ਤੇ ਰਾਜਾ ਜਨਕ ਨੇ ਉਹਦੀ ਕੁਰਸੀ ਬੜਾ ਬਿਠਾਈ, ਬੜੀ ਰੱਖੀ ਆਪਣੇ ਉੱਚੀ। ਤੋ ਜਦੋਂ ਸਾਰੇ ਸਾਰੇ ਹੱਸਣ ਲੱਗ ਗਏ, ਮਹਾਂਪੁਰਖ ਸਾਰੇ ਹੱਸਣ ਲੱਗ ਗਏ। ਉਹ ਰਾਜਾ ਜਨਕ ਨੂੰ ਅਸ਼ਟਭਕ ਨੇ ਕਿਹਾ, ਗਿਆਨ ਤੁਮਨੇ ਮੇਰੇ ਸੇ ਲੈਣਾ ਹੈ, ज्ञान तुमने मेरे से लेना है। ये चंबारों की सभा किस लिए लाई है? और भी राणों के भी इन्हें महापुरुखों ने दादता माफ करना। क्या ना भगत रविदास जी ने, जाति होशी पाछी होती होशी हो, मेरी जात कमीनी मेरी पात कमीनी, होचा जन्म हमारा तुम सरनाथ राजा रामचंद्र। क्या रविदास चमारा कहना, चमारों की सभा किस बनाई है? वो कहने लगा राजा ये चमार है, ये तो बहुत बड़े बड़े महापुरुष हैं। कहना चमार नहीं है, इन्होंने मेरी आत्मा की परख नहीं की, मेरे शरीर की परख की, चमड़े की परख की है। चमड़े की परख किसको होती है? चमार को, चमार नहीं। उसमें राजा जन कहना, कहना ज्ञान दो। कहना राजा जन कह जी उन्हें पैर पड़ने, कहना ज्ञान देना तो गुरु दक्षिणा दो। कहने गुरु दक्षिणा दो, माफ करना। कहता गुरु दक्षिणा क्या, गुरु दक्षिणा दो। कहता गुरु दक्षिणा दो, कहता अपनी रानियों से सलाह कर लू, माफ करना। क्या कर रहा है? माफ करना गुरु की संग। कहते तन मन धन इन तीनों में से एक वस्तु दो। माता रानी ने कही मन दे दे, मन दे देते थे सारे व्यापे ने पूरी। कहते घर मन के मारे मर गए काली मुन्ना से। कहते मैंने आपको मन दान दिया। अच्छा, सामने जी घोड़ी खड़ी। कहता घोड़ी की लगाम के ऊपर पैर रखो। जदों घोड़ी घोड़ी की लगाम से पैर रखिया, कहता राजा जनक ने कहता, अरे अरे मूर्ख, अरे मूर्ख मूर्ख मूर्ख, तेरे को घोड़ी की लगाम के ऊपर पैर रखने को कहा है, तू पलाकी मार के बैठ गया है। मन तो जहां है, पलाकी कैसे मारेगा? राखी कहां कैसे मारेगा? मन तो ये है। कहता कि मेरे पास कुछ नहीं है। कहता और तो कुछ? कहता मेरा तन ले लो। कहता तेरा तन कहां है? मन तो मेरे पास है, मन कर दी तन है। कहता मेरे खजाने ले लो। तेरे खजाने? खजाने तो मेरे हैं, मन मेरे पास है। रानी ने महारानी ने ले ले ली। कहते रानी मन की महारानी तेरी है, माफ कर लो गुरु की संगत, मन तो मेरे पास है। राजा जनक टह पे अच्छा संग जी। कहना पूछना है, पूछना है ना, ये सच जब सच तेरे को सपना आया था, तू सपने में भिखारी बन गया था, तेरा खोल गया था पड़ोसी राजे ने। कहता वो सच नहीं है, सपना भी सच नहीं है, ऐसे जो संसार भी सच नहीं है। कहता है तुमने यही पूछना था ना, ये सच या वो सच, जैसे आंख खुली तो सपना सच नहीं है, बेटे आंख खुल जाएगी तो संसार भी कुछ नहीं है। सत्संग तो देख है, माफ करना कूड़ कूड़ कूड़े न्यो लगा विसरिया प्रताप, किस्मत की क्या दोस्ती सब जल जल। और ओ राजा ब्रह्म ज्ञानी, राजा जनक जी ब्रह्म ज्ञानी हुए, जिन्होंने प्रभु की भक्ति करके 18 कुंडल नरक दे खादी खा दते। सत्संग जी फरीदा है कि मैं सरसों जी आई एक फिर दिन विद्रोहा सत्संगियों श्रद्धालुओं सारे कम छड़ के गुरु का पाया करो है।
आज चौबीस का दिहाड़ा नहीं, जे तुसी गुरु चरणा च ला लिया करोगे तुहानूं कोई कमी नहीं आएगी, तुहाडे दिन बदल जाणगे। तुम माफ करना, कंगाली है अमीरी आ जाएगी, दुख है तो सुख आ जाएंगे। माफ करना, तुहाडी हर थां जय जयकार होगी, क्योंकि महाराज फरमाउंदे ने हर मन तन वसै सोई जय जयकार करे सतगुरी। समा आ गया दिंदा, संगत बड़ी दूर आउंदी भी है ते लेट भी आउंदी है, कृपा करके जरा टाइम नाल आया करो। अजकल दिन ही छोटे रह गए ते धुंद भी पैनी शुरू हो गई है, इन्हें शब्द प्रवान करो। सो सत्संग जी आ समा, सत्संग जी 21 होर लै के माफ करना जी जिहड़े दिन आ रहे ने, ਉਹ ਮਹੀਨੇ ਦੇ ਕਿਰਪਾ ਵਾਸਤੇ ਹੀ ਤੁਹਾਡੇ ਵੱਡਿਆਂ ਦਾ ਆਪਣੇ ਘਰ ਵਿੱਚ ਕੋਈ ਖੁਸ਼ੀ ਦਾ ਸਮਾਗਮ ਨਾ ਕਰੇ, ਕੋਈ ਆਪਣੇ ਘਰ ਚ ਸੁਖੀ ਦਾ ਖੁਸ਼ੀ ਦਾ ਸਮਾਗਮ ਨਾ ਕਰਿਓ। ਇਹਨਾਂ ਸੱਤਾਂ ਦਿਨਾਂ ਵਿੱਚ ਮਾਫ ਕਰਨਾ 13 ਪੁੱਤ ਲੈ ਕੇ ਜਾਂ ਜਿੰਨੇ ਵੀ ਦਿਨ ਬਣਦੇ ਨੇ ਸੱਤਾਂ ਦਿਨਾਂ ਵਿੱਚ ਕਰਗੀ ਤਰਪਾਸ਼ਨ ਸਾਰਾ ਸਰਪੰਥ ਜਾਂਦਾ ਰਿਹਾ। ਸੋ ਇਹਨੇ ਸ਼ਬਦ ਪ੍ਰਵਾਹ ਅਗਲਾ ਸਮਾਂ अपना हस्ता भेद खुल रहा संत ईशर सिंह, संत बाबा ईशर सिंह के नाते जिथे सिटी स्कैन दी मशीन, जिथे हार्ट दी मशीन, जिथे अल्ट्रासाउंड दी मशीन, और साथ में जिथे ऑक्सीजन दी मशीन, ऑक्सीजन दे प्लांट, और मुक्ति घर की जिथे डायलिसिस दी मशीन, जिहड़े तुसी जाके 5-6 लाख उन्हां वड्डे वड्डे चंडीगढ़ वर्गे हस्पतालां दे, दिल्ली वर्गे हस्पतालां दे तुसी खर्च करदे हो, कईआं दे पैसे नहीं हुंदे, ते साथ संग उस सदा लई जिंदगी तों हथ धोके चले जांदे ने। ਹਸਪਤਾਲ ਖੁੱਲ ਰਿਹਾ 18 ਜਨਵਰੀ ਨੂੰ ਇਸ ਸਤਸੰਗ ਜੀ ਹਸਪਤਾਲ ਦਾ ਉਦਘਾਟਨ ਹੋਣਾ। ਮੈਂ ਸੰਗਤ ਨੂੰ ਬੇਨਤੀ ਕਰਦਾ, ਦੋਵੇਂ ਹੱਥ ਜੋੜ ਕੇ ਤੁਹਾਨੂੰ ਜਿੱਥੇ ਤੁਹਾਡੇ 5-6 ਲੱਖ ਰੁਪਈਏ ਖਰਚ ਹੁੰਦੇ ਨੇ, ਤੁਹਾਡੇ ਜਿਹੜੇ ਸ਼ਰਧਾਲੂ ਨੇ ਕਿਹਾ ਦੂਜਾ ਵੀ ਹੈ 2.5-3.5 ਲੱਖ ਜਾਂ ਵੱਧ ਤੋਂ ਵੱਧ 3 ਲੱਖ ਜੇ ਤੁਹਾਡਾ ਆਪਰੇਸ਼ਨ ਹੋ ਜਾ ਕਰੇਗਾ, ਕਿਸੇ ਨੂੰ ਹਾਰਟ ਦਾ ਆਪਰੇਸ਼ਨ ਕਰਾਉਣਾ ਪੈ ਜਾਵੇ, ਕੋਈ ਵੀ ਬਾਕੀ ਦੀ ਗੱਲ ਮੈਂ ਤੁਹਾਨੂੰ ਬੇਨਤੀ ਕਰਦਾ। 18 ਜਨਵਰੀ ਨੂੰ ਤੁਸੀਂ ਸਾਰਿਆਂ ਨੇ ਦਰਸ਼ਨ ਦੇਣੇ ਨੇ। ਇਹ ਪ੍ਰੋਗਰਾਮ ਉਸੇ ਤਰ੍ਹਾਂ ਮਨਾਇਆ ਜਾਏਗਾ ਜਿਵੇਂ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਬਰਸੀ ਮਨਾਈ ਜਾਂਦੀ ਹੈ, ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਆਓਗੇ, ਜੈਕਾਰਾ ਤਾਂ ਬੋਲਦੇ ਹੋ ਜੇ ਆਉਣਾ। ਇੱਥੇ ਸਾਧ ਸੰਗਤ ਜੀ ਇਸ ਸਮੇਂ ਦੇ ਵਿੱਚ ਪਹੁੰਚ ਗਏ, ਸਮੇਂ ਨੂੰ ਚਾਰ ਚੰਨ ਲਾਓ, ਹੋਈਆਂ ਫਲਾਂ ਦੀ ਮਾਫ਼ੀ, ਤੁਰ ਜਾਣਾ ਸਪਣਾ ਮੈਂ, ਸਾਧ ਸੰਗਤ ਇੱਥੇ ਰਹਿਣਾ ਕਿਸੇ ਨਹੀਂ, ਪਰ ਖੂਹ ਇੱਕ ਲਾ ਜਾਂਦਾ ਹੈ, ਪਾਣੀ ਸਾਰੇ ਕਈ ਪੀਂਦੇ ਨੇ, ਦਰਖਤ ਇੱਕ ਲਾ ਜਾਂਦਾ, ਫਲ ਕਈ ਖਾਂਦੇ ਨੇ, ਚੰਗਾ ਕਰਮ ਇੱਕ ਕਰ ਜਾਂਦਾ, ਉਹਦਾ ਫਾਇਦਾ ਸਾਧ ਸੰਗ ਜੀ ਬਹੁਤਿਆਂ ਨੂੰ ਹੋ ਜਾਂਦਾ। ਸਰਪੰਚ ਕਲਗੀ ਧਰਨੇ ਮਾਰੇ ਆ, ਫਾਇਦਾ ਸਾਰੀ ਦੁਨੀਆ ਸਾਰੇ ਹਿੰਦੁਸਤਾਨ ਦਾ ਹੋ ਗਿਆ, ਮੰਨਣ ਭਾਵੇਂ ਨਾ ਮੰਨਣ ਗੱਲ ਵੱਖਰੀ ਹੈ। ਆਪਣਾ ਸੁੱਖ ਛੱਡ ਕੇ ਕਲਗੀਆਂ ਵਾਲੇ ਅਨੰਦਪੁਰ ਛੱਡ ਦਿੱਤਾ, ਜੋੜਾ ਕਿਸੇ ਪਾਸੇ ਮਾਫ ਕਰਨਾ, ਜੋੜਾ ਕਿਸੇ ਪਾਸੇ ਘੋੜਾ ਕਿਸੇ ਪਾਸੇ ਮਾਫ ਕਰਨਾ, ਚਾਰੇ ਨਾਲ ਮਾਫ ਕਰਨ ਧਰਮ ਤੋਂ ਬਾਹਰ ਦਿੱਤੇ, ਜੋੜਾ ਕਿਸੇ ਪਾਸੇ, ਜੋੜਾ ਕਿਸੇ ਪਾਸੇ, ਖੇਰੂ ਖੇਰੂ ਹੋ ਪਰਵਾਰ ਗਿਆ, ਥੋੜਾ ਕਿਸੇ ਪਾਸੇ, ਥੋੜਾ ਕਿਸੇ ਪਾਸੇ, ਮਾਛੀ ਵਾੜੇ ਜਗਰਾਂ ਵਿੱਚ ਆਣ ਸੁੱਤਾ, ਕਲਗੀ ਕਿਸੇ ਪਾਸੇ, ਤੋੜਾ ਕਿਸੇ ਪਾਸੇ, ਸਮਾਂ ਲਾਲੋ ਹੈ ਲਾਲੋ, ਇਹ ਸਮਾਂ ਲੱਭਣਾ ਨਹੀਂ, ਮਹਾਂਪੁਰਖ ਕਹਿੰਦੇ ਹੁੰਦੇ ਸੀ ਵੱਡੇ। ਸੋ ਸਾਧ ਸੰਗਤ ਜੀ ਇਹਨੇ ਸ਼ਬਦ ਕਰੋ ਪ੍ਰਵਾਨ, ਹੋਈਆਂ ਭੁੱਲਾਂ ਦੀ ਮਾਫ਼ੀ। ਆ 13 ਮਹੀਨੇ ਤੱਕ ਲੰਗਰ ਚੱਲਦਾ ਰਿਹਾ ਉੱਥੇ, ਫਿਰ ਉੱਥੇ ਮੋਗੇ, ਹੁਣ ਫਿਰ ਸਾਧ ਸੰਗਤ ਜੀ ਲੰਗਰ ਉੱਥੇ ਫਤਿਹਗੜ੍ਹ ਸਾਹਿਬ ਜਿੱਥੇ ਛੋਟੇ ਸਾਹਿਬਜ਼ਾਦੇ ਸੀਸ ਦੇ ਦੇਣਾ ਧਰਮ ਨਹੀਂ ਛੱਡਣਾ, ਨੀਹਾਂ ਦੇ ਵਿੱਚੋਂ ਲਾਲ ਬੋਲਦੇ, ਉੱਥੇ ਲੰਗਰ ਲਾਇਆ ਜਾਣਾ। ਸਮਾਂ ਲਾਲੋ ਲਾਲੋ, ਜਿੱਥੇ ਜਿੱਥੇ ਸਮਾਂ ਮਿਲਦਾ ਲਾਲੋ, ਕਰ ਚਲੋ ਇਹੀ ਜੇ ਲਾਹੈ ਕਰੋ ਬਨੰਤੀ ਸੋ ਮਿਲ ਮੀਤਾ, ਸੰਤ ਟਹਿਲ ਕੀ ਵੇਲਾ, ਇਹਾਂ ਖਾਰ ਚਲੋ ਹਮਰਾ ਅੱਗੇ ਬਸਣ, ਸੇਲਾ ਹੋਈਆਂ ਭੁੱਲਾਂ ਦੀ ਮਾਫ਼ੀ,
ਹੁਣ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।